ਕੱਲ ਦੋਸਤੋ ਸਵਾਗਤ ਹੈ ਥੋੜ੍ਹਾ ਅੱਜ ਦੀ ਨਵੇਂ ਦਿਨ ਦੀ ਨਵੀਂ ਵੀਡੀਓ ਦੇ ਵਿੱਚ ਅਤੇ ਆਪਾਂ ਖੜੇ ਹਾਂ ਜੀ ਪਹਿਲਗਾਮ ਇਸ ਟਾਈਮ ਅਤੇ ਅੱਜ ਦਾ ਜਿਹੜਾ ਵਲੋਗ ਹੈ ਵੀਡੀਓ ਆਪਣੀ ਪਹਿਲਗਾਮ ਤੋਂ ਜੰਮੂ ਤੱਕ ਦਾ ਆਪਣਾ ਸਫ਼ਰ ਰਹੂਗਾ। 240 ਕਿਲੋਮੀਟਰ ਦੀ ਦੂਰੀ ਹੈ ਅਤੇ ਦੇਖਦੇ ਹਾਂ ਆਪਣਾ ਕਿੰਨਾ ਟਾਈਮ ਲੱਗਦਾ ਹੈ। ਲਗਭਗ ਜਿਹੜੀ ਦੂਰੀ ਹੈ 7-8 ਘੰਟੇ ਹੋ ਜਾਣੀ ਨਾ ਭਾਈ, 7-8 ਘੰਟੇ ਲੱਗ ਜਾਊਗਾ ਆਪਾਂ ਜਾਣ ਨੂੰ ਇੱਥੋਂ ਜੰਮੂ ਤੱਕ। ਜੰਮੂ ਤੱਕ ਸਵੇਰ ਤੱਕ ਪਹੁੰਚਾਂਗੇ ਜੰਮੂ ਤੱਕ ਪੂਰੀ। ਅੱਜ ਦੀ ਹੈ ਜਿਹੜੀ ਆਪਣੀ ਓਵਰ ਨਾਈਟ ਜਰਨੀ ਰਹੂਗੀ, ਪੂਰੀ ਰਾਤ ਆਪਣੇ ਸਫ਼ਰ 'ਚ ਲੰਘ ਜਾਣਾ ਕਿਉਂਕਿ ਪਹਾੜੀ ਰਸਤਾ ਹੈ, 200-250 ਕਿਲੋਮੀਟਰ ਨੂੰ ਉੱਥੇ ਟਾਈਮ ਲੱਗ ਜਾਂਦਾ ਹੈ। ਅਤੇ ਵੀਡੀਓ ਨੂੰ ਤੁਸੀਂ ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਅਤੇ ਪਿਛਲੀ ਵੀਡੀਓ 'ਚ ਤੁਸੀਂ ਦੇਖਿਆ ਆਪਾਂ ਇਹਨਾਂ ਗੱਡੀਆਂ ਰਾਹੀਂ ਹੈਗੇ ਜਿਹੜੇ ਬੇਤਾਬ ਵੈਲੀ ਦੇਖ ਕੇ ਆਏ ਸੀਗੇ ਕਿਉਂਕਿ ਉੱਥੇ ਜਿਹੜੀ ਬੱਸ ਹੈ ਵੱਡੀ ਬੱਸ ਅਲਾਊਡ ਨਹੀਂ ਹੈ। ਅਤੇ ਰਸਤੇ 'ਚ ਆਪਾਂ ਨੇ ਰੁਕਣਾ, ਇੱਕ ਵਾਰ ਬ੍ਰੇਕ ਲੈਣੀ ਹੈ, ਡਿਨਰ ਬ੍ਰੇਕ, ਅਤੇ ਉਸ ਤੋਂ ਬਾਅਦ ਆਪਣਾ ਜਿਹੜਾ ਸਫ਼ਰ ਹੈ ਜੰਮੂ ਤੱਕ ਆਪਣਾ ਜਾਰੀ ਰਹੂਗਾ। ਮੀ ਬੱਜੀ ਹੈ ਯਹਾਂ ਸੇ ਲੈ ਕੇ ਜੰਮੂ ਤੱਕ ਹਮਕੋ ਜਾਣਾ ਹੈ, ਰਾਸਤੇ ਮੇਂ ਅਭੀ ਹਮ ਢਾਬੇ ਮੇਂ ਖਾਨਾ ਖਾਏਂਗੇ। ਤੋ ਮੇਰੇ ਕੋ ਸੱਚ ਮੇਂ ਬਹੁਤ ਜ਼ਿਆਦਾ ਖੁਸ਼ੀ ਹੋਈ, ਜਿਸੇ ਦਿਲ ਲਈ ਖੁਸ਼ੀ ਸੇ ਭਰ ਜਾਤਾ। ਵੋ ਕੈਸੇ ਭਰਤਾ ਹੈ ਮੇਰਾ ਦਿਲ, ਮੇਰੀ ਖੁਸ਼ੀ ਕਾ ਰਾਜ ਮੈਂ ਆਪਕੋ ਬਤਾਤਾ ਹੂੰ। ਮੇਰੇ ਕੋ ਜੋ ਖੁਸ਼ੀ ਹੋਤੀ ਹੈ ਨਾ, ਵੋ ਸਭ ਆਪ ਲੋਕੋ ਕੋ ਦੇਖ ਕਰ ਹੋਤੀ ਹੈ ਕਿ ਆਪ ਖੂਬ ਇੰਜੋਏ ਕਰ ਰਹੇ ਹੋ, ਆਪਕੇ ਚਿਹਰੋਂ ਪਰ ਮੁਸਕਰਾਹਟ ਹੈ, ਆਪਕੇ ਚਿਹਰੋਂ ਪਰ ਸਮਾਈਲ ਹੈ, ਆਪ ਇੰਜੋਏ ਕਰ ਰਹੇ ਹੋ, ਪੂਰਾ ਆਨੰਦ ਲੈ ਰਹੇ ਹੋ। ਨਾਸ਼ਤਾ ਕਰ ਲਓ, ਨਾਸ਼ਤਾ ਕਰ ਲਓ। ਇਤਨਾ ਕਹਿਣਾ ਇਸਕਾ ਸਾਫਟ ਵਾਲੇ ਕਾ। ਕਿਤਨੇ ਕਾ ਹੈ ਚੈਰੀ, ਕਿਤਨੇ ਕਾ ਹੈ? ਹੁਣ ਟਾਈਮ 10 ਵਜੇ ਦਾ ਹੋ ਗਿਆ ਜੀ ਅਤੇ ਆਪਾਂ ਇੱਥੇ ਡਿਨਰ ਬ੍ਰੇਕ ਲਈ ਰੁਕੇ ਹਾਂ। ਅਤੇ ਜਿਹੜਾ ਰੋਡ ਹੈ ਰਾਤ ਨੂੰ ਟਰੱਕਾਂ ਵਾਲੇ ਇਸ ਰੋਡ 'ਤੇ ਜ਼ਿਆਦਾ ਚੱਲਦੇ ਹੈ ਕਿਉਂਕਿ ਰਾਤ ਨੂੰ ਜਿਹੜਾ ਹੋਰ ਕਾਰਾਂ ਦਾ ਟ੍ਰੈਫਿਕ ਜਿਹੜਾ ਘੱਟ ਹੁੰਦਾ, ਤਾਂ ਕਰਕੇ ਜਿਹੜਾ ਹੈ ਸ਼੍ਰੀਨਗਰ ਜਾਂ ਪਹਿਲਗਾਮ ਤੋਂ ਲੈ ਕੇ ਜੰਮੂ ਤੱਕ ਜਿਹੜਾ ਸਫ਼ਰ ਹੈ, ਵੈਸੇ ਤਾਂ 240 ਕਿਲੋਮੀਟਰ ਸਫ਼ਰ ਹੈ, ਜੇ ਆਪਾਂ ਨੈੱਟ 'ਤੇ ਸਰਚ ਕਰੀਦਾ 6 ਘੰਟੇ ਸ਼ੋਅ ਕਰਦਾ ਹੈ, ਪਰ ਇਹ ਜਿਹੜਾ ਹੈ ਸਫ਼ਰ 8-9 ਘੰਟੇ ਇਸ ਤੋਂ ਵੱਧ ਸਮਾਂ ਲੱਗ ਜਾਂਦਾ ਹੈ ਕਿਉਂਕਿ ਸਾਰਾ ਇਸ ਰੋਡ 'ਤੇ ਟ੍ਰੈਫਿਕ ਰੂਟ ਜ਼ਿਆਦਾ ਹੈ, ਰਸ਼ ਜ਼ਿਆਦਾ ਹੁੰਦਾ, ਟ੍ਰੈਫਿਕ ਜਿਹੜੇ ਜਾਮ ਲੱਗਦੇ ਆ ਉਹ ਕਈ ਘੰਟੇ ਲੱਗਦੇ ਹੈ, ਤਾਂ ਕਰਕੇ ਆਪਣਾ ਪੱਕਾ ਨਹੀਂ ਹੁੰਦਾ ਕਿ ਸਫ਼ਰ ਨੂੰ ਕਿੰਨਾ ਟਾਈਮ ਲੱਗੇ। ਬਾਕੀ ਹੁਣ ਇੱਥੇ ਰੁਕੇ ਹਾਂ, ਜਦੋਂ ਆਪਾਂ ਜਿਸ ਦਿਨ ਆਏ ਸੀਗੇ ਉਸ ਦਿਨ ਵੀ ਸਵੇਰੇ ਆਪਾਂ 6 ਵਜੇ ਜਾਂ ਸਵੇਰੇ 8 ਵਜੇ ਲਗਭਗ ਸ਼ਾਇਦ ਆਏ ਸੀਗੇ ਅਤੇ ਇੱਥੇ ਚਾਹ ਪੀ ਕੇ ਗਏ ਸੀਗੇ ਸਵੇਰ ਵਾਲੀ, ਅਤੇ ਉਹੀ ਢਾਬਾ ਹੈ ਹਿੰਦੁਸਤਾਨ ਢਾਬਾ, ਹਿੰਦੁਸਤਾਨੀ ਢਾਬਾ, ਅਤੇ ਹੁਣ ਇੱਥੇ ਡਿਨਰ ਕਰਦੇ ਹਾਂ, ਥੋੜ੍ਹੀ ਰੈਸਟ ਕਰੂੰਗੇ, ਉਸ ਤੋਂ ਬਾਅਦ ਫਿਰ ਸਫ਼ਰ ਸ਼ੁਰੂ ਕਰਨਾ ਹੈ। ਅਤੇ ਭਾਈ ਇੱਧਰ ਮਿਰਾੜੀ ਹਰਵਿੰਦਰ ਵਲੋਗਸ ਬਾਈ ਮੋਹਾਲੀ ਤੋਂ ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਬਾਈ ਨੇ। ਹਾਂਜੀ ਬਾਈ ਜੀ,
ਇਹਦੇ 'ਚ ਆਏ ਹਾਂ ਬਈ ਜਿਵੇਂ ਕਸ਼ਮੀਰ ਸੋਹਣਾ ਬਹੁਤ ਆ, ਕੋਈ ਸ਼ੱਕ ਨਹੀਂ, ਅਸੀਂ ਮਤਲਬ ਪੰਜ ਛੇ ਦਿਨ ਤੋਂ ਸਲਾਹ ਰਹੇ ਹਾਂ ਪੂਰਾ ਵੀ ਸੋਹਣਾ ਗਾ। ਹਾਂ, ਅਤੇ ਕੁਛ ਨਾ ਕੁਛ ਮੰਨ ਲਓ ਫਰਕ ਵੀ ਹੈਗੇ ਸਾਨੂੰ, ਜਿਹੜੇ ਕੱਚ ਨੇ ਉਹ ਵੀ ਦੱਸਣ ਦਾ ਸਾਡਾ ਹੱਕ ਬਣਦਾ। ਜਿਵੇਂ ਹੁਣ ਅਸੀਂ ਅੱਜ 8:10 'ਤੇ ਜਾਮ 'ਚ ਫਸੇ ਸੀਗੇ, 10:00 ਤਿੰਨ ਜਾਮ ਅਸੀਂ ਤੋੜੇ ਆ ਗਏ 5-5 ਕਿਲੋਮੀਟਰ ਦੇ, 4 ਨਾਕੇ ਤੋੜੇ ਆ ਗਏ, 1 ਨਾਕੇ 'ਤੇ ਅਸੀਂ ਚਲਾਨ ਕਟਾਇਆ ਗਾ ਵੀ ਰੋਂਗ ਸਾਈਡ ਦਾ, ਅਤੇ ਫਿਰ ਵੀ ਅਸੀਂ ਇੱਕ ਢਾਬਾ ਮੰਨ ਲਓ ਮਸਾ ਲੱਭਿਆ ਗਾ, ਇੱਧਰ ਦੇਖੋ ਜਾਮ ਹਜੇ ਫਿਰ ਉਹੀ ਹਾਲ ਹੈਗਾ। ਇੱਧਰਲੇ ਪਾਸੇ ਦਿਖਾਈ ਬਾਈ, ਮਾਰ ਕੈਮਰਾ ਇੱਧਰ ਨੂੰ, ਦੇਖੋ ਬਾਈ ਇੱਧਰ ਨੂੰ ਵੀ ਜਾਮ ਨਾ, ਆਹ ਹੁਣ ਰੋਂਗ ਸਾਈਡ ਬੱਸ ਲੈ ਕਹਿੰਦੇ ਆ, ਰੋਂਗ ਸਾਈਡ ਬੱਸ ਖੜੀ ਆ ਦੇਖੋ, ਅਤੇ ਫਿਰ ਵੀ ਮੰਨ ਲਓ ਮੁਸ਼ਕਿਲ ਥੋੜ੍ਹਾ ਜਿਹਾ ਜਾਮ ਦਾ ਪੈਂਦਾ। ਇਹਦਾ ਕੀ ਹੈ ਨਾ, ਜਦੋਂ ਜਦੋਂ ਦਾ ਪੁਲਵਾਮਾ ਹੋਇਆ ਗਾ ਉਦੋਂ ਦਾ ਜਦੋਂ ਇਹ ਕਾਰਵਾਈ ਲੰਘਦੀ ਆ ਫੌਜ ਦੀ, ਤਾਂ ਇਹ ਟ੍ਰੈਫਿਕ ਰੋਕਦੇ ਆ, ਟਰੱਕ ਰੋਕਦੇ ਆ। ਜੇ ਹੁਣ ਆਪਾਂ 5 ਮਿੰਟ ਫਾਟਕ ਲੱਗ ਜੇ, ਮੁੜ ਕੇ ਉਹ ਨਹੀਂ ਘੰਟਾ ਖੁੱਲ੍ਹਦਾ, ਜਦੋਂ ਹੁਣ ਦੋ ਘੰਟੇ ਰੋਕ ਦਿੰਦੇ ਆ, ਤਾਂ ਫਿਰ ਇਹ ਹਾਲ ਹੋ ਜਾਂਦਾ ਗਾ। ਇਹ 48 ਘੰਟੇ ਬਾਅਦ ਖੁੱਲੂਗਾ ਇਹ ਟਰੱਕਾਂ ਦਾ ਜਾਮ ਆ, ਇਹ 2 ਦਿਨਾਂ ਬਾਅਦ ਖੁੱਲ੍ਹਦਾ, ਫਿਰ 3 ਦਿਨ ਵਾਰੀ ਆਉਂਦੀ ਆ, 3 ਦਿਨ ਇਹ ਨਿਕਲਦਾ ਗਾ। ਬਾਕੀ ਦੋਸਤੋ ਫਿਰ ਕਸ਼ਮੀਰ ਸੋਹਣਾ ਘੁੰਮਣਾ, ਉਹ ਲਾਜ਼ਮੀ ਦੁੱਖਾਂ ਤਕਲੀਫਾਂ ਹੁੰਦੀਆਂ ਹੁੰਦੀਆਂ, ਸਫ਼ਰਾਂ ਦਾ ਹਿੱਸਾ ਹੁੰਦੇ ਬਾਈ ਜੀ ਇਹ ਗੱਲਾਂ ਬਾਤਾਂ। ਲੇਟ ਹੋਣਾ, ਬੱਸਾਂ ਟ੍ਰੇਨਾਂ ਲੇਟ ਹੁੰਦੀਆਂ, ਜਾਮ ਲੱਗਦੇ ਆ, ਸਾਰਾ ਚੀਜ਼ਾਂ ਸਫ਼ਰ ਦਾ ਹਿੱਸਾ ਹੁੰਦੀਆਂ। ਇਹਨੂੰ ਪੋਜ਼ਿਟਿਵ ਲੈ ਕੇ ਆਪਾਂ ਜਿਹੜਾ ਸਫ਼ਰ ਹੈ ਕਰਨਾ ਹੁੰਦਾ, ਆਪਣਾ ਜਿਹੜਾ ਨਜ਼ਾਰੇ ਵਿਊ ਦੇਖਣੇ ਉਹਨੇ ਉਹ ਸਾਰੇ ਦੇਖਣੇ ਉਹਨੇ, ਇਹ ਚੀਜ਼ਾਂ ਆਪਾਂ ਨੂੰ ਮਤਲਬ ਐਡਜਸਟ ਕਰਨੀਆਂ ਪੈਂਦੀਆਂ। ਬਾਕੀ ਹੁਣ ਡਿਨਰ ਕਰਦੇ ਹਾਂ, ਫਿਰ ਅਗਲੀ ਗੱਲਬਾਤ ਕਰਦੇ ਹਾਂ। ਹਾਂਜੀ ਬਾਈ, ਕਿਵੇਂ ਹੋ? ਵਧੀਆ। ਇਹ ਸਾਡੇ ਮਿੱਤਰ ਬਾਈ ਗੁਜਰਾਤ ਵਾਲੇ ਸਾਡੇ ਨਾਲ ਸਫ਼ਰ ਕਰ ਰਹੇ ਹੈ। ਅੱਜ ਅੰਗਰੇਜ਼ੀ ਬਾਈ ਕਿਆ ਖਿਲਾਓਗੇ ਡਿਨਰ 'ਚ? ਅੱਜ ਤੁਹਾਨੂੰ ਜੀ ਡਿਨਰ ਦੇ ਵਿੱਚ ਪਨੀਰ ਬਟਰ ਮਸਾਲਾ, ਕੜਾਈ ਪਨੀਰ, ਹਾਂਜੀ, ਅਤੇ ਇੱਕ ਦਾਲ, ਅਤੇ ਇੱਕ ਮਿਕਸ ਵੈਜ, ਅਤੇ ਤੰਦੂਰੀ ਰੋਟੀ, ਰੋਟੀਆਂ ਤੰਦੂਰੀ ਰੋਟੀ, ਤੰਦੂਰੀ ਰੋਟੀ, ਰਾਈਸ, ਵਾਹ ਜੀ ਵਾਹ, ਰਾਈਸ ਸੈਲਡ। ਮੀਠੇ ਮੇਂ ਕਿਆ ਹੈ? ਸਵੀਟ ਮੀਠੇ ਮੇਂ ਵੋ ਸਿਰ ਚ ਪ੍ਰਾਈਜ਼ ਦੇਂਗੇ। ਸਰਪ੍ਰਾਈਜ਼ ਸਰਪ੍ਰਾਈਜ਼ ਬਾਅਦ ਚ। ਠੀਕ ਹੈ ਜੀ, ਚਲੋ ਠੀਕ ਹੈ। ਡਿਨਰ ਹੋ ਗਿਆ ਬਾਈ ਜੀ, ਅਤੇ ਆਪਾਂ ਜਿਹੜੀ ਜਗ੍ਹਾ ਰੁਕੇ ਹਾਂ ਡਿਨਰ ਕਰਨ ਲਈ, ਇਹ ਜਗ੍ਹਾ ਦਾ ਨਾਮ ਹੈਗਾ ਬਨੀਹਾਲ। ਅਤੇ ਅੱਗੇ ਹੁਣ ਤੁਸੀਂ ਦੇਖ ਸਕਦੇ ਪਿੱਛੇ ਟ੍ਰੈਫਿਕ ਜਾਮ ਹਾਲੇ ਵੀ ਲੱਗਿਆ ਹੋਇਆ ਹੈ, ਅਤੇ ਆਪਾਂ ਬਹੁਤ ਬੁਰੀ ਤਰ੍ਹਾਂ ਟ੍ਰੈਫਿਕ ਜਾਮ 'ਚ ਪਿੱਛੇ ਹੀ ਫਸ ਕੇ ਆਏ ਹਾਂ, ਅਤੇ ਰੋਂਗ ਸਾਈਡ ਨੂੰ ਗੱਡੀ ਕੱਢ ਕੇ ਬੱਸ ਕੱਢ ਕੇ ਲੈ ਕੇ ਆਏ ਹਾਂ। 2-3 ਜਿਹੜੇ ਨਾਕੇ ਹੈ, ਇੱਕ ਟੋਲ ਪਲਾਜ਼ਾ ਉਹ ਵੀ ਕਰੋਸ ਕਰਿਆ ਹੈ, ਅਤੇ ਜੇ ਆਪਾਂ ਜਾਮ 'ਚ ਲੱਗੇ ਰਹਿੰਦੇ ਤਾਂ ਜਾਮ ਪੂਰੀ ਰਾਤ ਨਹੀਂ ਖੁੱਲ੍ਹਣਾ ਸੀਗਾ। ਅਤੇ ਹੁਣ ਇੱਥੇ ਡਿਨਰ ਵਗੈਰਾ ਕਰ ਲਿਆ, ਫਿਲਹਾਲ ਅੱਗੇ ਦੇਖਦੇ ਹਾਂ, ਜੇ ਅੱਗੇ ਵੀ ਜਾਮ ਮਿਲਿਆ ਤਾਂ ਅੱਗੇ ਵੀ ਆਪਾਂ ਨੂੰ ਥੋੜ੍ਹਾ ਵੱਧ ਟਾਈਮ ਲੱਗ ਸਕਦਾ ਹੈ। ਸਵੇਰ ਦੇ 4:30 ਹੋ ਗਏ, ਅਤੇ 10-15 ਮਿੰਟ ਵਾਸਤੇ ਇੱਥੇ ਟੀ ਬ੍ਰੇਕ ਲਈ ਰੁਕੇ ਹਾਂ ਰਸਤੇ 'ਚ। ਹੁਣ ਟਾਈਮ ਹੋ ਗਿਆ ਸਵੇਰ ਦੇ 7:00, ਅਤੇ ਆਪਾਂ ਪਹੁੰਚ ਗਏ ਜੰਮੂ, ਜਿੱਥੋਂ ਆਪਾਂ ਨੇ ਰੇਲਵੇ ਸਟੇਸ਼ਨ ਤੋਂ ਯਾਤਰਾ ਸ਼ੁਰੂ ਕਰੀ ਸੀਗੀ। ਅਤੇ ਆ ਬੱਸ ਵਗੈਰਾ ਆਪਣੀ ਹੈਗੀ ਹੈ, ਖੜ੍ਹੀ ਹੈ, ਸਮਾਨ ਵਗੈਰਾ ਉਤਾਰ ਰਹੇ ਹੈ, ਅਤੇ ਹੁਣ ਮਿਲਦੇ ਹਾਂ ਸਾਰਿਆਂ ਨੂੰ ਇੱਕ ਵਾਰ। ਚਲੋ ਠੀਕ ਹੈ ਬਾਈ, ਗੁਜਰਾਤ ਵਾਲਿਓ, ਬਾਏ ਬਾਏ, ਬਾਏ ਬਾਏ ਸਾਰਿਆਂ ਨੂੰ, ਬਾਏ, ਫਿਰ ਮਿਲੇਂਗੇ। ਚਲੋ ਠੀਕ ਹੈ ਬਾਈ ਮੁੰਡਿਓ, ਗੁੱਡ ਬਾਏ, ਮਿਲਦੇ ਹਾਂ ਬਾਈ ਅਗਲੇ ਸਫ਼ਰਾਂ ਦੇ। ਠੀਕ ਹੈ ਅੰਗਰੇਜ਼ ਬਾਈ, ਥੈਂਕ ਯੂ, ਤੁਹਾਡਾ ਬਹੁਤ ਵਧੀਆ ਸਫ਼ਰ ਰਿਹਾ, ਇਸ ਤਰ੍ਹਾਂ ਹੀ ਪਿਆਰ ਨਹੀਂ, ਤੁਹਾਡੇ ਦੀਵਾਨੇ ਹੋ ਗਏ ਅਸੀਂ, ਅਗਲੇ ਸਫ਼ਰ 'ਤੇ ਮਿਲਦੇ ਹਾਂ। ਠੀਕ ਹੈ ਜੇ ਪੀ ਸਰ, ਮਿਲਦੇ ਹਾਂ ਜੀ। ਇੱਥੇ ਸਾਰਿਆਂ ਨੂੰ ਆਪਾਂ ਨੇ ਗੁੱਡ ਬਾਏ ਕਰਤੀ, ਸਾਰਿਆਂ ਨੇ ਇੱਥੋਂ ਆਪਣੀ ਆਪਣੀ ਜਗ੍ਹਾ ਅਲੱਗ ਹੋ ਜਾਣਾ ਹੈ, ਕਿਉਂਕਿ ਅਸੀਂ ਜੰਮੂ ਤੋਂ ਜੁਆਇਨ ਕਰਿਆ ਸੀਗਾ,
ਅਤੇ ਇਹਨਾਂ ਨੇ ਜੰਮੂ ਤੋਂ ਹੁਣ ਬਾਈ ਟ੍ਰੇਨ ਬਠਿੰਡੇ ਤੱਕ ਜਾਣਾ ਜਾਂ ਕੋਈ ਜਲੰਧਰ ਜਾਂ ਲੁਧਿਆਣੇ ਤੱਕ ਜਾਣ ਵਾਲੇ ਹੈ ਅਤੇ ਅਸੀਂ ਹੁਣ ਜੰਮੂ ਤੋਂ ਹੀ ਇਹਨਾਂ ਨੂੰ ਜੁਆਇਨ ਕਰਿਆ ਸੀ ਅਤੇ ਜੰਮੂ ਤੋਂ ਅਸੀਂ ਬੱਸ ਲੈਣੀ ਹੈ ਬਾਏ ਬੱਸ ਚੰਡੀਗੜ੍ਹ ਤੱਕ ਆਪਣਾ ਜਿਹੜਾ ਸਫ਼ਰ ਹੈ ਉਹ ਰਹੇਗਾ ਅਤੇ ਹੁਣ ਜਾ ਕੇ ਪਹਿਲਾਂ ਇੱਕ ਹੋਟਲ ਵਗੈਰਾ ਦੇਖਦੇ ਹਾਂ, ਰੈਸਟ ਕਰਦੇ ਹਾਂ, ਫਰੈਸ਼ ਹੁੰਦੇ ਹਾਂ ਅਤੇ ਉਸ ਤੋਂ ਬਾਅਦ ਅਗਲੀ ਵੀਡੀਓ 'ਚ ਅਗਲੇ ਵਲੋਗ 'ਚ ਤੁਹਾਨੂੰ ਮਿਲਦੇ ਹਾਂ। ਵੀਡੀਓ ਨੂੰ ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ।